ਆਹ ਵੇਖ ਲਓ ਕਿਸ ਤਰ੍ਹਾਂ 72 ਸਾਲ ਦੇ ਬਜ਼ੁਰਗ ਦੇ ਨਾਲ ਠੱਗੀ ਮਾਰ ਗਏ ਠੱਗ। ਜ਼ਿੰਦਗੀ ਭਰ ਦੀ ਕਮਾਈ 11 ਲੱਖ ਰੁਪਏ ਮਿੰਟਾਂ 'ਚ ਘਰ 'ਤੇ ਗਾਇਬ। ਸਿਲੰਡਰ ਭਰਵਾਉਣ ਦੇ ਲਈ ਗੂਗਲ ਤੋਂ ਨੰਬਰ ਚੈੱਕ ਕੀਤਾ ਸੀ ਬਜ਼ੁਰਗ ਨੇ, ਜਿਸ ਤੋਂ ਬਾਅਦ ਫੋਨ ਕਰਦਾ ਅਤੇ ਠੱਗਾਂ ਵੱਲੋਂ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ। ਪੂਰਾ ਮਾਮਲਾ ਧਿਆਨ ਦੇ ਨਾਲ ਸੁਣਿਓ ਅਤੇ ਭੁੱਲ ਕੇ ਵੀ ਤੁਸੀਂ ਇਹ ਕੰਮ ਨਾ ਕਰਿਓ। ਸਾਈਬਰ ਠੱਗ ਭੋਲੇ ਭਾਲੇ ਲੋਕਾਂ ਨੂੰ ਕਿਸ ਤਰ੍ਹਾਂ ਆਪਣਾ ਸ਼ਿਕਾਰ ਬਣਾਉਂਦੇ ਨੇ, ਤਾਜ਼ਾ ਮਾਮਲਾ ਲੁਧਿਆਣਾ 'ਚ ਸਾਹਮਣੇ ਆਉਂਦਾ, ਜਿਸ ਦੇ ਵਿੱਚ ਸੀਨੀਅਰ ਸਿਟੀਜ਼ਨ ਨੂੰ ਸਾਈਬਰ ਠੱਗੀ ਦਾ ਸ਼ਿਕਾਰ ਬਣਾਇਆ ਗਿਆ। ਦੱਸਦੀ ਕਿ 72 ਸਾਲ ਦਾ ਬਜ਼ੁਰਗ, ਜਿਸਦਾ ਨਾਂ ਰਾਕੇਸ਼ ਖੰਨਾ ਹੈ, ਵੱਲੋਂ ਗੂਗਲ ਦੇ ਵਿੱਚੋਂ ਨੰਬਰ ਕੱਢ ਕੇ ਸਿਲੰਡਰ ਬੁੱਕ ਕਰਵਾਉਣ ਦੇ ਲਈ ਫੋਨ ਕੀਤਾ ਗਿਆ। ਪਹਿਲਾਂ ਹੀ ਤਾਕ ਦੇ ਵਿੱਚ ਬੈਠੇ ਸਾਈਬਰ ਠੱਗਾਂ ਨੇ ਉਸ ਤੋਂ ਆਪਣਾ ਨਿਸ਼ਾਨਾ ਬਣਾ ਲਿਆ ਅਤੇ ਅਕਾਊਂਟ ਦੇ ਵਿੱਚੋਂ 11 ਲੱਖ ਰੁਪਏ ਉਡਾ ਲਏ। ਜਿਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਰਾਕੇਸ਼ ਖੰਨਾ ਨੇ ਦੱਸਿਆ ਕਿ ਉਸਦੀ ਜ਼ਿੰਦਗੀ ਭਰ ਦੀ ਕਮਾਈ ਲੁੱਟੀ ਪੁੱਟੀ ਜਾ ਚੁੱਕੀ ਹੈ। ਮੇਰੇ ਨਾਲ 11 ਲੱਖ ਰੁਪਏ ਦਾ ਸਾਈਬਰ ਕ੍ਰਾਈਮ ਹੋ ਚੁੱਕੀ ਹੈ ਜੀ। ਮੈਂ ਐਕਚੁਅਲੀ ਗੈਸ ਸਿਲੰਡਰ ਆਪਣਾ ਬੁੱਕ ਕਰਾਇਆ ਸੀਗਾ, ਜਦੋਂ ਬੁੱਕ ਕਰਾਇਆ ਸੀ ਉਸ ਤੋਂ 6-7 ਦਿਨ ਨਹੀਂ ਆਇਆ, ਤਾਂ ਮੈਂ ਉਹਨਾਂ ਨੂੰ ਜਿੱਥੇ ਏਜੰਸੀ ਹੈਗੀ ਹੈ ਉਹਨਾਂ ਨੂੰ ਫੋਨ ਕਰ ਰਿਹਾ, ਉਹ ਫੋਨ ਨਾਲ ਵੀ ਨਹੀਂ ਚੱਕ ਰਹੇ, ਨਾ ਹੀ ਲੈਂਡਲਾਈਨ ਤੋਂ ਫੋਨ ਚੱਕ ਰਹੇ ਸੀ। ਮੈਂ ਕਿਹਾ ਚਲੋ ਇਹਨਾਂ ਦੇ ਉੱਪਰ ਸੀਨੀਅਰ ਨਾਲ ਗੱਲ ਕਰਾਂ, ਇਹਨਾਂ ਦਾ ਸੀਨੀਅਰ 1906 ਨੰਬਰ ਹੈ, ਮੈਂ ਉੱਥੋਂ ਫੋਨ ਕੀਤਾ, ਉਹ ਬਿਲਕੁਲ ਇੱਕਦਮ ਡੈਡ ਆ ਰਿਹਾ ਸੀ ਫੋਨ, ਮਤਲਬ ਨੌਕਰੀ ਦੇ ਸਾਇਲੈਂਸ ਆ ਰਿਹਾ ਸੀ। ਉਸ ਤੋਂ ਬਾਅਦ ਉਹ ਜਦੋਂ ਬੰਦ ਹੋਇਆ ਤਾਂ ਉਸ ਤੋਂ ਬਾਅਦ ਥੱਲੇ ਆ ਗਿਆ ਫੋਨ ਨੰਬਰ ਕਿ ਜੀ LPG ਤੁਹਾਡੀ ਗੈਸ ਸਰਵਿਸ ਹੈਲਪਲਾਈਨ। ਮੈਂ ਉਹ ਨੰਬਰ ਦੱਬਿਆ, ਉੱਧਰੋਂ ਦੂਸਰੀ ਸਾਈਡ ਤੋਂ ਬੰਦਾ ਬੋਲਿਆ ਕਿ ਜੇ ਮੈਂ ਤੁਹਾਡੀ ਕੀ ਹੈਲਪ ਕਰ ਸਕਦਾ। ਮੈਂ ਉਹਨੂੰ ਦੱਸਿਆ ਕਿ ਇੱਦਾਂ ਦਾ ਮੇਰੀ ਨੌਕਰੀ ਦੇ ਗੈਸ ਨਹੀਂ ਆ ਰਹੀ। ਉਹ ਕਹਿੰਦਾ ਜੀ ਤੁਹਾਨੂੰ ਇੱਕ 10 ਰੁਪਏ ਦੀ ਪਰਚੀ ਕਟਾਉਣੀ ਪਏਗੀ, ਜਿਸ ਕਰਕੇ ਉਹਨਾਂ ਗੌਰਮੈਂਟ ਨੇ ਨਵਾਂ ਰੂਲ ਬਣਾ ਦਿੱਤਾ ਹੈਗਾ, ਉਹ ਤੁਸੀਂ ਪਰਚੀ ਕਟਾਓਗੇ ਤਾਂ ਤੁਹਾਡਾ ਸਿਲੰਡਰ ਵੀ ਆਏਗਾ ਅਤੇ ਉਸ ਤੋਂ ਬਾਅਦ ਬੁਕਿੰਗ ਵੀ ਅੱਗੇ ਨੂੰ ਹੋਏਗੀ ਅਦਰਵਾਈਜ਼। ਮੈਂ ਕਿਹਾ ਜੀ ਮੈਂ ਸੀਨੀਅਰ ਸਿਟੀਜ਼ਨ ਹਾਂ, ਸਾਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੈਗੀ ਕੀ ਸਿਸਟਮ ਹੁੰਦਾ। ਕਹਿੰਦਾ ਜੀ ਮੈਂ ਫਿਰ ਵਟਸਐਪ ਦੇ ਉੱਤੇ ਆਉਂਦਾ, ਤੁਸੀਂ ਮੇਰੇ ਨਾਲ ਉਸ ਦੇ ਉੱਤੇ ਉੱਥੇ ਆ ਜਾਓ, ਮੈਂ ਤੁਹਾਨੂੰ ਨੌਕਰੀ ਦਿੰਦੇ ਉਹ ਸਾਰਾ ਪ੍ਰੋਸੈਸ ਦੱਸਦਾ। ਉਹਨੇ ਪ੍ਰੋਸੈਸ ਦੱਸਣਾ ਸ਼ੁਰੂ ਕੀਤਾ, ਮੇਰਾ ਸਾਰਾ ਹੀ ਬੈਂਕ ਦਾ ਅਕਾਊਂਟ ਨੰਬਰ, ਡੈਬਿਟ ਅਕਾਊਂਟ ਨੰਬਰ ਵਗੈਰਾ, ਮੇਰੀ ਏਜ ਵਗੈਰਾ ਪੁੱਛ ਕੇ ਦੇਖ ਕਿੰਨੀ ਏਜ ਹੈ। ਤਾਂ ਉਸ ਤੋਂ ਬਾਅਦ ਉਹਨੇ ਮੇਰੇ ਤੋਂ ਬੈਂਕ ਦੇ ਵਿੱਚੋਂ ਲੋਕਾਂ ਦੇ ਟ੍ਰਾਂਜੈਕਸ਼ਨ ਘੁਮਾਉਣੀ ਸ਼ੁਰੂ ਕਰਤੀ। ਜਦੋਂ ਮੈਂ ਦੇਖਿਆ ਕਿ ਮੇਰੇ ਬੈਂਕ ਦੇ ਵਿੱਚੋਂ ਟ੍ਰਾਂਜੈਕਸ਼ਨ ਘੁੰਮਦੀ ਹੈ, ਮੈਂ ਫਟਾਫਟ ਫੋਨ ਉਹਨੇ ਮੇਰਾ ਹੈਂਗ ਕਰ ਲਿਆ। ਤਾਂ ਮੈਂ ਜਦੋਂ ਫੋਨ ਨੂੰ ਕੱਟਣ ਦੀ ਕੋਸ਼ਿਸ਼ ਕਰਾਂ, ਫੋਨ ਕੱਟਣ ਦੇ ਬਾਵਜੂਦ ਹੀ ਡੈਡ ਕਰਕੇ ਵੀ ਮੈਂ ਜਦੋਂ ਦੁਬਾਰਾ ਚਾਲੂ ਕਰਾਂ ਤਦ ਵੀ ਫੋਨ ਮੇਰਾ ਉਹਦੇ ਕੋਲ ਹੀ ਚੱਲ ਰਿਹਾ ਸੀਗਾ। ਮੈਂ ਫਿਰ ਮੈਥੋਂ ਨੱਠ ਕੇ ਬੈਂਕ ਦੇ ਵਿੱਚ ਗਿਆ, ਬੈਂਕ ਬੰਦ ਸੀਗਾ, ਬੈਂਕ ਦੇ ਇੱਕ ਇੰਪਲਾਈ ਨੂੰ ਮੈਂ ਫੋਨ ਕੀਤਾ, ਉਹਨੇ ਨਾ ਕਹਿੰਦਾ ਉੱਥੋਂ ਫਿਰ ਮੈਂ ਫੋਨ ਕੱਟ ਕੇ ਤਾਂ ਮੈਨੇਜਰ ਉਸ ਵੇਲੇ ਉਹਨਾਂ ਨੇ ਰਾਤ ਨੂੰ ਫੋਨ ਨਾਲ ਬੈਂਕ ਖੋਲਿਆ ਆਪਣਾ, ਖੋਲ੍ਹ ਕੇ ਮੇਰਾ ਅਕਾਊਂਟ ਸੀਲ ਕਰਾਇਆ। ਤਾਂ ਉਹ ਕਹਿੰਦਾ ਸੀ ਅਸੀਂ IFSC ਕੋਡ ਵੀ ਕਹਿੰਦੇ ਭੇਜ ਦੇਵਾਂਗੇ, ਮਗਰ ਉਹ ਉਹਨਾਂ ਨੇ ਨਹੀਂ ਭੇਜਿਆ। ਇੰਨਾ ਰੁਪਈਏ ਤਾਂ ਉਦੋਂ ਤੱਕ ਜਿਹੜਾ ਉਦੋਂ 22 ਮੇਰੇ ਟ੍ਰਾਂਜੈਕਸ਼ਨ ਹੋ ਚੁੱਕੀਆਂ ਸੀ, 50-50 ਹਜ਼ਾਰ ਰੁਪਏ ਦੀਆਂ 22 ਟ੍ਰਾਂਜੈਕਸ਼ਨ ਅਲੱਗ ਅਲੱਗ ਸਿਟੀ ਦੇ ਵਿੱਚ ਹੋ ਗਈਆਂ। 11 ਲੱਖ ਰੁਪਈਆ ਮੇਰੇ ਬੈਂਕ ਦੇ ਅਕਾਊਂਟ ਦੇ ਵਿੱਚੋਂ ਨਿਕਲ ਚੁੱਕਾ। ਹਾਂਜੀ, ਕੱਲ੍ਹ ਸਾਡੇ ਮਾਮਲਾ ਧਿਆਨ 'ਚ ਆਇਆ ਸੀਗਾ, 72 ਸਾਲ ਦੇ ਬਜ਼ੁਰਗ, ਉਹਨਾਂ ਨੇ ਸਾਨੂੰ ਰਿਪੋਰਟ ਕੀਤੀ ਸੀ ਵੀ ਮੈਨੂੰ LPG ਕੰਪਨੀ ਵੱਲੋਂ ਕੰਟੈਕਟ ਗੂਗਲ ਤੋਂ ਹੋਇਆ ਸੀਗਾ। ਗੂਗਲ ਤੋਂ ਉਹਨਾਂ ਨੇ ਕੰਟੈਕਟ ਕੀਤਾ ਅਤੇ ਉਹਨਾਂ ਨਾਲ ਜਦੋਂ ਮੈਂ ਸਰਵਿਸ ਲੈਣ ਦੇ ਲਈ ਅਤੇ ਉਹਨਾਂ ਨੇ ਮੈਨੂੰ 20 ਰੁਪਏ ਪਾਉਣ ਲਈ ਕਿਹਾ ਸੀਗਾ ਅਤੇ ਮੈਂ ਰਿਸਪੋਂਡ ਕਰ ਦਿੱਤਾ। ਅਤੇ ਇਸੇ ਲੜੀ ਦੇ ਵਿੱਚ ਉਹਨਾਂ ਕੋਲੋਂ ਉਹਨਾਂ ਦੇ ਖਾਤੇ ਦੇ ਵਿੱਚੋਂ ਜਿਹੜੇ ਪੈਸੇ ਉਹ 50-50 ਹਜ਼ਾਰ ਰੁਪਏ ਦੀਆਂ ਲਗਭਗ 22 ਟ੍ਰਾਂਜੈਕਸ਼ਨਸ ਜਿਹੜੀਆਂ ਹੋ ਗਈਆਂ। ਅਤੇ ਇਸ ਸੰਬੰਧੀ ਜਦੋਂ ਉਹਨਾਂ ਨੇ ਸਾਨੂੰ ਇਮੀਡੀਏਟ ਰਿਪੋਰਟ ਕੀਤਾ, ਅਸੀਂ ਉਹਨਾਂ ਦੀ ਹੈਲਪ ਲਈ
ਆਪਣੀ ਜਿਹੜੀ ਆ ਉਹ ਕੰਪਲੇਂਟ ਜਿਹੜੀ ਦਰਜ ਕਰਵਾ ਦਿੱਤੀ ਹੈ ਅਤੇ ਐੱਫ ਆਈ ਆਰ ਵੀ ਰਜਿਸਟਰ ਹੋ ਚੁੱਕੀ ਹੈ ਅਤੇ ਅਸੀਂ ਜਿਹੜੇ ਵੀ ਨਾਲ ਮਾਲੂਮ ਵਿਅਕਤੀ ਹੈ ਉਹਨਾਂ ਦੇ ਬੈਂਕ ਅਕਾਊਂਟਸ ਕਰਕੇ ਜਿਹੜੀ ਅਗਲੀ ਤਫਤੀਸ਼ ਕੰਮ 'ਚ ਲਿਆਂਦੀ ਗਈ ਹੈ। ਬਿਲਕੁਲ ਜੀ, ਸਾਰਾ ਡਾਟਾ ਅਪਟੇਨ ਅਸੀਂ ਕਰਨ ਲਈ ਸਾਰਾ ਜਿਹੜੇ ਐਫਰਟਸ ਉਹ ਕਰ ਰਹੇ ਹਾਂ ਅਤੇ ਜਲਦੀ ਤੋਂ ਜਲਦੀ ਜਿਹੜੇ ਆ ਦੋਸ਼ੀ ਆ ਉਹਨਾਂ ਨੂੰ ਟਰੇਸ ਕਰਕੇ ਜਿਹੜੀ ਆ ਅਗਲੀ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਹੈ। ਲੁਧਿਆਣਾ ਲਾਈਵ ਦੇ ਲਈ ਅਮਿਤ ਥਾਪੜ ਦੀ ਰਿਪੋਰਟ।